ਮਿੱਡੂ ਮਾਲ ਸਟਰੀਟ ਦੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕੀਤੇ ਜਾਣ ਨੂੰ ਲੈ ਕੇ ਕੀਤੀ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ। ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਸਾਡੀਆਂ ਸਾਰੀਆਂ ਹੀ ਦੁਕਾਨਾਂ ਦੇ ਬਹੁਤ ਸਾਰੇ ਮੁਲਾਜ਼ਮ ਕੰਮ ਕਰਦੇ ਹਨ, ਜਿਨ੍ਹਾਂ ਦਾ ਘਰ ਦਾ ਗੁਜ਼ਾਰਾ ਸਾਡੀਆਂ ਦੁਕਾਨਾਂ 'ਤੇ ਕੰਮ ਕਰਕੇ ਹੀ ਹੁੰਦਾ ਹੈ, ਲੇਕਿਨ ਹੁਣ ਜਦੋਂ ਸਾਡੀਆਂ ਦੁਕਾਨਾਂ ਬੰਦ ਪਈਆਂ ਤਾਂ ਅਸੀਂ ਉਹਨਾਂ ਨੂੰ ਤਨਖਾਹਾਂ ਕਿੱਥੋਂ ਦਈਏ? ਇਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਸਾਡੀਆਂ ਦੁਕਾਨਾਂ ਨੂੰ ਵੀ ਦੂਸਰੀਆਂ ਦੁਕਾਨਾਂ ਦੇ ਵਾਂਗ ਚਲਾਇਆ ਜਾਵੇ। ਮੈਂ ਇਸ ਫਰਮ ਦਾ ਮਾਲਕ ਹਾਂ, ਜ਼ਿਲ੍ਹਾ ਹਾਊਸ ਦੇ ਨਾਮ 'ਤੇ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਗੁਜ਼ਾਰਿਸ਼ ਹੈ, ਭਾਅ ਜੀ ਸਾਡੇ 'ਤੇ ਵੀ ਰਹਿਮ ਕਰੋ। ਮੇਰੇ ਦੁਕਾਨ 'ਚ 8 ਮੁਲਾਜ਼ਮ ਹੈ, ਉਹਨਾਂ ਦਾ ਪਰਿਵਾਰ ਮੇਰੇ ਸਿਰ 'ਤੇ ਚੱਲਦਾ, ਮੇਰੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ, ਸਾਰੇ ਟੈਕਸ ਅਸੀਂ ਭਰਦੇ ਹਾਂ, ਸਾਰਾ ਕੁਝ ਕਰਦੇ ਹਾਂ। ਜਾਂ ਤਾਂ ਭਾਅ ਜੀ ਸਾਰਿਆਂ ਨੂੰ ਬੰਦ ਕਰ ਦਿਓ, ਜਾਂ ਸਾਨੂੰ ਵੀ ਕੋਈ ਮੌਕਾ ਦਿਓ, ਟਰਨ ਬਾਏ ਟਰਨ ਦੇ ਦਿਓ, ਅਲਟਰਨੇਟਿਵ 'ਤੇ ਦੇ ਦਿਓ, ਜਿਵੇਂ ਤੁਹਾਨੂੰ ਚੰਗਾ ਲੱਗੇ ਕਰੋ, ਨਹੀਂ ਤਾਂ ਫਿਰ ਕਰੋਨਾ ਤਾਂ ਮਾਰੇ ਨਾ ਮਾਰੇ ਤੁਸੀਂ ਉਹੀ ਮਾਰ ਦੇਣਾ। ਮੈਂ ਪਿਆਰ ਸਿੰਘ, ਮੇਰਾ ਪਗੜੀ ਸੈਂਟਰ ਹੈਗਾ ਜੀ, ਸ਼ਾਂਤੀ ਮਾਰਕੀਟ ਮਿੱਡੂ ਮਾਲ ਸਟਰੀਟ ਦੇ ਵਿੱਚ। ਪਿਛਲੇ ਕਾਫੀ ਸਮੇਂ ਤੋਂ ਦੁਕਾਨ ਕਰ ਰਹੇ ਹਾਂ, ਪਰ ਕੀ ਹੈ ਕਰੋਨਾ ਨੂੰ ਦੇਖਦੇ ਹੋਏ ਜੋ ਸਰਕਾਰ ਨੇ ਸਾਨੂੰ ਗੈਰ ਜ਼ਰੂਰੀ ਵਸਤਾਂ ਦੇ ਵਿੱਚ ਪਾਤਾ, ਕੀ ਗੱਲ ਅਸੀਂ ਗੈਰ ਜ਼ਰੂਰੀ ਬੰਦੇ ਹਾਂ? ਕੋਈ ਸਾਡਾ ਕੰਮ ਗੈਰ ਜ਼ਰੂਰੀ ਹੈ ਵੀ ਲੋੜ ਸਭ ਨੂੰ ਹੈ, ਸਭ ਦੇ ਘਰਾਂ ਦੇ ਵਿੱਚ, ਕਿਉਂਕਿ ਅੱਜ ਦਾ ਟਾਈਮ ਐਸਾ ਹੈ ਜਿੰਨਾ ਆਪਾਂ ਕਰ ਲਾਂਗੇ ਉਨਾ ਹੀ ਖਾਣ ਜੋਗਾ, ਕਿਸੇ ਕੋਲ ਸੇਵਿੰਗ ਨਹੀਂ ਹੈਗੀ। ਕਿਉਂਕਿ ਪਿਛਲੇ ਸਾਲ ਵੀ ਕਰੋਨਾ ਨੇ ਸਾਨੂੰ ਲਪੇਟ ਦੇ ਵਿੱਚ ਲੈ ਲਿਆ, ਉਸ ਤੋਂ ਪਿੱਛੇ ਨੋਟਬੰਦੀ, GST, ਦੁਕਾਨਦਾਰ ਜਿਹੜਾ ਵਪਾਰੀ ਆ ਹਰ ਡਾਊਨ ਟੂ ਡਾਊਨ ਜਾ ਰਿਹਾ ਹੈਗਾ। ਕੋਈ ਇਹ ਬਹੁਤ ਵਧੀਆ ਹੈ ਨਹੀਂ ਕਦਮ ਸਰਕਾਰ ਦੇ ਜੋ ਇਹਨਾਂ ਨੇ ਚੱਕੇ ਹੈਗੇ, ਵੀ ਕਹਿ ਰਹੇ ਆ ਵੀ ਗੈਰ ਜ਼ਰੂਰੀ ਦੁਕਾਨਾਂ ਹੈਗੀਆਂ। ਸਾਡੀ ਪ੍ਰਸ਼ਾਸਨ ਨੂੰ, ਸਰਕਾਰ ਨੂੰ ਇਹ ਹੱਥ ਜੋੜ ਕੇ ਅਪੀਲ ਹੈ, ਸਾਡੀ ਬੇਨਤੀ ਹੈ ਕਿ ਸਾਡੀਆਂ ਦੁਕਾਨਾਂ ਨੂੰ ਵੀ ਕੁਛ ਸਮਾਂ ਜਿਵੇਂ ਦੂਜੀਆਂ ਦੁਕਾਨਾਂ ਨੂੰ ਦਿੱਤਾ ਗਿਆ ਸਾਨੂੰ ਵੀ ਦਿੱਤਾ ਜਾਵੇ, ਤਾਂ ਜੋ ਅਸੀਂ ਵੀ ਆਪਦਾ ਘਰ ਦਾ ਅਤੇ ਆਪਦੀਆਂ ਦੁਕਾਨ ਦੇ ਜਿਹੜੇ ਵਰਕਰ ਆ ਉਹਨਾਂ ਦਾ ਖਰਚਾ ਪਾ ਸਕੀਏ ਚਲਾਉਣ। ਹਾਂਜੀ, ਮੈਂ ਅਮਿਤ ਕੁਮਾਰ ਜੀ, ਗੌਰਵ ਭਾਈ ਲੈਸ ਹਾਊਸ ਆਪਣੇ ਬਿਜ਼ਨਸ ਹੈਗਾ ਬਿੰਟੂਬਲ ਗਲੀ 'ਚ। ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜਾ ਜੀ ਅੰਕਲ ਨੇ ਕਿਹਾ ਗੱਲਬਾਤ ਉਹੀ ਸਹੀ ਹੈ ਕਿ ਜੇਕਰ ਬਾਜ਼ਾਰ ਖੁੱਲ੍ਹਿਆ ਤਾਂ ਸਭ ਦੇ ਵਾਸਤੇ ਖੁੱਲ੍ਹੇ, ਨਹੀਂ ਖੁੱਲ੍ਹਿਆ ਤਾਂ ਕਿਸੇ ਵਾਸਤੇ ਨਾ ਖੁੱਲ੍ਹੇ, ਕਿਉਂਕਿ ਅਗਰ ਗੈਰ ਜ਼ਰੂਰੀ ਸਾਡੀ, ਅਗਰ ਸਾਡੇ ਕੋਲ ਜੇ ਪੈਸਾ ਹੋਊਗਾ ਤਾਂ ਅਸੀਂ ਰਾਸ਼ਨ ਲਵਾਂਗੇ, ਜੇਕਰ ਉਹ ਚੀਜ਼ਾਂ ਜ਼ਰੂਰੀ ਹੈ ਤਾਂ ਸਾਡੇ ਕਾਰੋਬਾਰ ਵੀ ਜ਼ਰੂਰੀ ਨੇ। ਜਿੰਨਾ ਕੋਈ ਮੁੱਖ ਤੁਸੀਂ ਉਹਨਾਂ ਨੂੰ ਸਮਝਦੇ ਹੋ, ਸਾਡੇ ਕੰਮਾਂ ਨੂੰ ਵੀ ਉਹਨਾਂ ਮੁੱਖ ਸਮਝ ਕੇ ਸਾਡੇ ਵਾਸਤੇ ਵੀ ਤਜਰਬਾ ਦਿੱਤੀ ਜਾਏਗੀ ਕਿ ਸਾਡੀ ਉਸ ਦੁਕਾਨਾਂ ਦਾ ਟਾਈਮ ਪ੍ਰੋਪਰਲੀ ਕੀਤਾ ਜਾਏਗੀ, ਸਿਸਟਮ ਨਾਲ ਕੀਤਾ ਜਾਏ ਤਾਂ ਕਿ ਅਸੀਂ ਵੀ ਖੋਲ ਸਕਣ ਦੁਕਾਨਾਂ। ਇਹ ਨਹੀਂ ਕਿ ਦੋ ਦੁਕਾਨਾਂ ਖੋਲਤੀਆਂ, ਚਾਰ ਬੰਦ ਕਰਤੀਆਂ ਵਪਾਰ, ਚਾਰ ਖੋਲਤੇ ਜਿਹਨਾਂ ਨੇ ਧਰਨੇ ਦੇ ਉਹਨਾਂ ਦੀ ਦੁਕਾਨਾਂ ਖੁੱਲ ਗਈਆਂ, ਜਿਹਨਾਂ ਨੇ ਨਹੀਂ ਕੁਛ ਕਿਹਾ ਕੁਛ ਨਹੀਂ ਖੋਲਿਆ, ਕਿਉਂਕਿ ਕਰੋਨਾ ਸਭ ਦੇ ਵਾਸਤੇ ਜਿਹੜਾ ਕਰੋਨਾ ਸਾਡੇ ਵਾਸਤੇ ਸਭ ਦੇ ਵਾਸਤੇ ਵੀ। ਕੁਮਾਰ ਹੈ ਮਿੱਡੂ ਮਾਲ ਸਟਰੀਟ ਦੇ, ਅਸੀਂ ਵਪਾਰੀਆਂ, ਸਾਰੇ ਵਪਾਰੀਆਂ ਦੀ ਇਹੀ ਮੰਗ ਹੈ ਵੀ ਸਾਡੇ ਬਸੰਤ ਆਪਣਾ ਮਿੱਡੂ ਮਾਲ ਸਟਰੀਟ ਦੇ ਵਿੱਚ ਸਾਰੇ ਬਾਜ਼ਾਰਾਂ ਦੇ ਵਿੱਚ ਜੋ ਵੀ ਸਾਡੀਆਂ ਕੱਪੜੇ ਦੀਆਂ ਦੁਕਾਨਾਂ ਹੈ, ਰੈਡੀਮੇਡ ਦੀਆਂ ਦੁਕਾਨਾਂ ਹੈ, ਜੁੱਤੀਆਂ ਦੀਆਂ ਦੁਕਾਨਾਂ ਹੈ, ਲਹਿੰਗੇ ਦੀਆਂ ਦੁਕਾਨਾਂ ਹੈ, ਹੈ ਜੀ ਕੋਸਮੈਟਿਕ ਦੀਆਂ ਦੁਕਾਨਾਂ ਹੈਗੀਆਂ, ਇਹ ਸਾਰੀਆਂ ਖਿਲਾਈਆਂ ਜਾਣ। ਉਹ ਸਾਡੀਆਂ ਜਿਹੜਾ ਗੈਰ ਕਾਨੂੰਨੀ ਹੈ, ਦੂਜੀਆਂ ਦੁਕਾਨਾਂ 'ਤੇ ਸਾਰੀਆਂ ਖਿਲਾਈਆਂ ਗਈਆਂ, ਹਾਰਡਵੇਅਰ ਦੀ ਦੁਕਾਨ ਖਿਲਾਤੀ ਇਹਨਾਂ ਨੇ, ਮੁੜ ਕੇ ਆਪਣਾ ਸੈਂਟਰ ਦੀ ਦੁਕਾਨ ਖਿਲਾਤੀ, ਰਿਸ਼ਤੇ ਬਜਰੀ ਦੀ ਖਿਲਾਤੀ, ਰਣੀ ਦੀਆਂ ਦੁਕਾਨਾਂ ਖਿਲਾਤੀਆਂ, ਦਵਾਈਆਂ ਦੀਆਂ ਖਿਲਾਤੀਆਂ, ਉਹ ਸਾਡੀ ਗੈਰ ਕਾਨੂੰਨੀ ਹੈ, ਸ਼ਰਾਬ ਦੇ ਠੇਕੇ ਖੁੱਲ੍ਹੇ ਆ, ਇਹ ਸਾਰੀਆਂ ਦੁਕਾਨਾਂ, ਕਿਰਪਾ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਡੇ ਸਾਰੇ ਬਾਜ਼ਾਰ ਖਿਲਾਏ ਜਾਣ, ਜਿੰਨਾ ਵੀ ਟਾਈਮ ਦੀ ਆਪਦੀ ਉਹਦੇ ਸੈਕੋਮੈਟਰ ਦੇ ਨਾਲ ਸਾਨੂੰ ਟਾਈਮ ਦੇ ਦੇਣਾ, ਅਸੀਂ ਉਸ ਟਾਈਮ 'ਤੇ ਖੁੱਲ੍ਹਣ ਨੂੰ ਤਿਆਰ ਹਾਂ, ਸਰਕਾਰ ਦੇ ਨਾਲ ਬਠਿੰਡਾ ਪ੍ਰਸ਼ਾਸਨ ਦੇ ਨਾਲ ਅਸੀਂ ਨਾਲ ਚੱਲ ਕੇ ਚੱਲਣ ਨੂੰ ਤਿਆਰ ਹੈਗੇ, ਮਤਲਬ ਕਿ ਉਹਨਾਂ ਦੇ ਨਾਲ ਸਹਿਮਤ ਹੈ, ਉਹਨਾਂ ਦੇ ਨਾਲ ਸਹਿਮਤ ਹੈਗੇ ਵੀ ਜਿਵੇਂ ਕਹਿਣਗੇ ਅਸੀਂ ਉਵੇਂ ਕਰਾਂਗੇ, ਅਸੀਂ ਕਰੋਨਾ ਨੂੰ ਮੁੱਖ ਰੱਖਦੇ ਹੋਏ ਹਾਂ, ਸਾਰੀ ਗੱਲ ਨੂੰ ਮੁੱਖ ਰੱਖਦੇ ਹੋਏ ਹਾਂ, ਉਹਨਾਂ ਦੇ ਨਾਲ ਪੂਰੀ ਸਹਿਯੋਗ ਦੇਵਾਂਗੇ
ਜਿਵੇਂ ਕਹਿਣਗੇ ਅਸੀਂ ਉਵੇਂ ਇੱਕ ਬਾਜ਼ਾਰ ਬੰਦ ਕਰਾਂਗੇ। ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।